ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਨਾਨਕ ਦੁਖੀਆ ਸਭ ਸੰਸਾਰ ਗੁਰੂ ਪਿਆਰਿਓ ਅੱਜ ਆਪਾਂ ਆਏ ਹਾਂ ਸਿੱਖ ਚਲਣ ਦੀ ਟੀਮ ਸਮਾਰਟ ਸੈਂਟਰ ਜਿਹੜਾ ਕਿ ਸਾਡੇ ਵਾਸਤੇ ਇੱਕ ਬਹੁਤ ਜ਼ਰੂਰੀ ਅਦਾਰਾ ਹੈ ਇਹਦੀ ਲੋੜ ਬਹੁਤ ਜ਼ਿਆਦੀ ਸੀ ਕਿਉਂਕਿ ਸਾਡੇ ਬੱਚੇ ਜਿਹੜੇ ਆ ਛੋਟੀ ਉਮਰ ਦੇ ਵਿੱਚ ਗਲਤ ਕੰਮਾਂ 'ਚ ਪੈ ਕੇ ਕਈਆਂ ਦੀ ਗਰੂਮਗੋ ਜੜੀ ਹੋਣ ਡਿਆ ਪੀ ਤੇ ਇਹ ਸਾਰਿਆਂ ਨੂੰ ਪਤਾ ਵਾ ਕਿ ਇੰਗਲੈਂਡ ਦੇ ਵਿੱਚ ਇਹ ਇਹ ਬੜੇ ਚਿਰ ਤੋਂ ਜਿਹੜਾ ਵਾਪਰਿਆ ਵਾ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਇਸ ਕਾਰਨ ਕਰਕੇ ਇਸ ਸਮਾਰਟ ਸੈਂਟਰ ਦੀ ਲੋੜ ਪਈ ਤੇ ਇਹ ਹੋਣ ਦੇ ਵਿੱਚ ਆਇਆ ਇਹ ਜਿਹੜੀਆਂ ਸਿੱਖ ਸੰਗਤਾਂ ਵਾਂ ਜਿਹੜੀ ਕਮਿਊਨਿਟੀ ਆ ਉਹਨਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਕਿਉਂਕਿ ਇਹਦੀ ਜ਼ਰੂਰਤ ਸੀ ਸੋ ਪਿਆਰੇ ਦਸਕੋ ਇਸ ਵਕਤ ਅਸੀਂ ਖੜੇ ਆ ਸਮਾਰਟ ਸੈਂਟਰ ਦੇ ਬਾਹਰ ਆਓ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਜਿਹੜਾ ਕਿ ਅਜੇ ਥੋੜਾ ਚਿਰ ਖੁੱਲੇ ਨੂੰ ਹੋਇਆ ਹੈ ਤੇ ਇਥੇ ਨੌਜਵਾਨ ਜਿਹੜੇ ਹਨ ਉਹ ਕੰਮ ਕਰ ਰਹੇ ਹਨ ਤੇ ਅਜੇ ਹੋਰ ਵੀ ਕਈਆਂ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਹੈ ਵਿਲਣਗੇ ਕਿ ਉਹ ਵੀ ਆਣ ਕੇ ਆਪਣੀ ਜਿਹੜੀ ਆ ਇਸ ਸੇਵਾ ਹੈ ਗੁਰੂ ਪਿਆਰੇ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣ ਤੇ ਪੂਰੀ ਜਾਣਕਾਰੀ ਲਈ ਆਪਾਂ ਤੁਹਾਡਾ ਨਾਂ ਜਿਹੜਾ ਵਾ ਉਹ ਰੂਪ ਰੂਪ ਕਰਾਵਾਂਗੇ ਸਰਦਾਰ ਬੂਟਾ ਸਿੰਘ ਜੀ ਨੂੰ ਨੌਜਵਾਨ ਜਿਹੜੇ ਆਪਣੇ ਬੂਟਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਟਾ ਸਿੰਘ ਜੀ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਡੇ ਇਹ ਸਟੱਡੀ ਬਾਰੇ ਤੁਹਾਡਾ ਪਿੰਡ ਕਿਹੜਾ ਪਤਾ ਪੰਜਾਬ ਦੇ ਵਿੱਚ ਸਾਡਾ ਪਿੰਡ ਦਾ ਤੱਲਣ ਆ ਜਲੰਧਰ ਦੇ ਨਾਲ ਤੇ ਤੁਸੀਂ ਕਦੋਂ ਦੇ ਉੱਥੋਂ ਆਏ ਮੈਂ ਇੱਥੇ ਜੰਮਿਆ ਬਣਿਆ ਹਾਂ ਹਾਂ ਜੀ ਇੱਥੇ ਜੰਮਿਆ ਪੜੇ ਇੱਥੇ ਸਟੱਡੀ ਕਿ ਨਹੀਂ ਕੀਤੀ ਮੇਰੇ ਕੋਲ ਮੈਂ ਯੂਨੀਵਰਸਿਟੀ ਸੀਨੀਅਰ ਜੂਨੀਅਰ ਯੂਨੀਵਰਸਿਟੀ ਲੈਕਚਰ ਹਾਂ ਮੈਂ ਮੇਰੇ ਕੋਲ 4 ਡਿਗਰੀਆਂ ਇਕਨੋਮਿਕਸ ਮੈਥਮੈਟਿਕਸ ਅ ਤੇ ਮੈਂ ਡਾਕਟਰ ਟ੍ਰੇਨਿੰਗ ਦਿਨਾ ਮੈਂ ਐਮਏ ਕਰਤਾ ਮੈਂ ਇਟਿ ਯੂਨੀਵਰਸਿਟੀ ਬੈਮਿੰਗ ਵੀ ਕੰਮ ਕਰਾਟਿਆ ਵਰਕ ਵੀ ਕੰਮ ਕਰਾਟਿਆ ਵਾ ਤਾਂ ਹੁਣ ਮੈਂ ਨੈਸ਼ਨਲ ਸਕੂਲ ਹੈਲਥ케ਅਰ ਸਾਇੰਟਿਸਟ ਅਜ਼ੀ ਡਾਕਟਰ ਨੂੰ ਕੰਸਲਟੈਂਟ ਨੂੰ ਟ੍ਰੇਨਿੰਗ ਦੇ ਰਹਾ ਹਾਂ ਬੜੀ ਖੁਸ਼ੀ ਦੀ ਗੱਲ ਯਾ ਤੁਹਾਨੂੰ ਬਹੁਤ ਨੋਲਜ ਆ ਬੜੀਆਂ ਤੁਸੀਂ ਮੱਲਾ ਮਾਰੀਆਂ ਵਿਦਿਆ ਦੇ ਖੇਤਰ ਦੇ ਵਿੱਚ ਵਿਦਿਆ ਵਿਚਾਰੀ ਦਾ ਪਰਉਪਕਾਰੀ ਇਹੜਾ ਸਮਾਰਟ ਸੈਂਟਰ ਹੈ ਲੋਕਾਂ ਦੀ ਭਲਾਈ ਵਾਸਤੇ ਇਦੇ ਵਿੱਚ ਤੁਹਾਨੂੰ ਕਿਦਾਂ ਇੰਟਰਸਟ ਹੋਇਆ ਇਹਦੇ ਬਾਰੇ ਥੋੜੀ ਜੀ ਸੰਖੇਪਤਾਂ ਨੂੰ ਜਾਣਕਾਰੀ ਦਿਓ ਹਾਂਜੀ ਮੈਨੂੰ ਇੰਟਰਸਟ ਇਦਾਂ ਹੋਇਆ ਸੀਗਾ ਕਿ ਅਸੀਂ ਇੰਡੀਪੈਂਡੈਂਟ ਕੰਸਲਟੈਂਟ ਦੇਸ ਰਾਸਤੇ ਇਹਨਾਂ ਕਾਸੇ ਸਾਨੂੰ ਕਿ ਲੁਕ ਸਾਡੀ ਪ੍ਰੋਸੀਜਰਡ ਪਾਲਿਸੀਆਂ ਅਸੀਂ ਕਾਨੂੰਨ ਦੇ ਤੌਰ 'ਤੇ ਜਾਣਨਾ ਚਾਹੁੰਦੇ ਹਾਂ ਕਿ ਸਾਡੀਆਂ ਜੋ ਵੀ ਹੈਗੀਆਂ ਪ੍ਰੋਸੀਜਰਡ ਪਾਲਿਸੀਆਂ ਸਟਰਕਚਰਡ ਇਹਨੂੰ ਕਾਨੂੰਨ ਦੇ ਅੰਦਰ ਹੋਣ ਕਿ ਅਸੀਂ ਪੂਰੀ ਦੀ ਪੂਰੀ ਸਪੋਰਟ ਆਪਣੀ ਕਮਿਊਨਿਟੀ ਨੂੰ ਕਰ ਸਕਣ ਤਾ ਮੈਂ ਆਬੀਕ ਸੇ ਕੋ ਐਕੋ ਐਕਪੀਆ ਐਕਪਰਾਉਮਾ ਐਕਪੋਟੋਮਾ ਤਾਂ ਸਾਨੂੰ ਵੀ ਇਹ ਦੁੱਖ ਲੱਗਾ ਕਿ ਇਹ ਸਾਡੀ ਕਮਿਊਨਿਟੀ ਨਾਲ ਹੋ ਰਿਹਾ ਵਾ ਤਾਂ ਜਿੱਥੇ ਸਾਡੀ ਤੀਆਂ ਪੈਣਾ ਨੂੰ ਇਦਾਂ ਕੰਟਰੋਲ ਕਰ ਰਹੇ ਆ ਉਹਨਾਂ ਨੂੰ ਡਿਸਟ्रेस ਕਰ ਰਹੇ ਆ ਉਹਨਾਂ ਨੂੰ ਗਲਤ ਗਲਤ ਰਸਤੇ ਉੱਤੇ ਲ ਜਾ ਰਹੇ ਆ ਤਾਂ ਅਸੀਂ ਉਹਨਾਂ ਲਈ ਸਪੋਰਟ ਕਰਨ ਨੂੰ ਵੀ ਹੈਗੇ ਆ ਇੱਕ ਪਾਸਾ ਸਾਡੀਆਂ ਦੋ ਦੋ ਰਸਤੇ ਆ ਏਕੋ ਸਪੋਰਟ ਤੇ ਉਹਨਾਂ ਨੂੰ ਸਪੋਰਟ ਦੇਣੀ ਕਿ ਉਹ ਵਿਕਟਿਮ ਆ ਦੂਸਰੀ ਹੈ ਕਿ ਅਸੀਂ ਉਹ ਵਿਕਟਿਮ ਪਣਾ ਸਟਾਪ ਕਰਨਾ ਅਸੀਂ ਗਵਰਨਮੈਂਟ ਨੂੰ ਲੌਬੀ ਕਰਨਾ ਲੋਕਲ ਗਵਰਨਮੈਂਟ ਨਾਨ ਗਵਰਨਮੈਂਟਲ ਓਰਗੇਨਾਈਜੇਸ਼ਨਾਂ ਨੂੰ ਕਹਿਣਾ ਕਿ ਲੁਕ ਤੁਸੀਂ ਸਾਡਾ ਕੇਸ ਸੁਣੋ ਇਹਨਾਂ ਨੂੰ ਸਪੋਰਟ ਕਰੋ ਇਹ ਗਾਂ ਵਧੇ ਨਾ ਅਤਿਆਚਾਰ ਨੂੰ ਰੋਕਣਾ ਸਿੱਖਦਾ ਤੇ ਇਹ ਕੰਮ ਹੀ ਆ ਕਿ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਜਿਹੜਾ ਵਾ ਉਹ ਖੜੇ ਹੋਣਾ ਪਿਆਰੇ ਦਰਸ਼ਕੋ ਸਿੱਖ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ ਆ ਕਿ ਇਹ ਉਹ ਕੌਮ ਆ ਜਿਹੜੇ ਕਿ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਅਹਿਮਦ ਸ਼ਾਹ ਅਬਦਾਲੀ ਮਹਿਮੂਦ ਗਜਵਨੀ ਜਿਹੜਾ ਬਸਰੇ ਦੇ ਬਾਜ਼ਾਰਾਂ ਦੇ ਵਿੱਚ ਲੁੱਟ ਕੇ ਨਹੀਂ ਲੈ ਜਾਂਦਾ ਉੱਥੇ ਉਹਨਾਂ ਨੂੰ ਟਕੇ ਟਕੇ ਵੇਚਦਾ ਹੁੰਦਾ ਸੀ ਤੇ ਇਹੀ ਸਿੱਖ ਉਹਨਾਂ ਨੂੰ ਛਡਾਕ ਹੀ ਨਹੀਂ ਲਿਆਉਂਦੇ ਹੁੰਦੇ ਤੇ ਉਹਨਾਂ ਨੂੰ ਘਰੋ ਘਰੀ ਪਚਾਉਂਦੇ ਹੁੰਦੇ ਸੀ ਇਸੇ ਕਾਰਨ ਕਰਕੇ ਕਹਿੰਦੇ ਸੀਗੇ ਸਾਡੇ ਦੁਸ਼ਮਣ ਵੀ ਕਿ ਸਾਨੂੰ ਮਾਣ ਹੈ ਜੇ ਸਾਡੀ ਧੀ ਭੈਣ ਸਿੱਖਾਂ ਦੇ ਕਬਜ਼ੇ 'ਚ ਆ ਉਹ ਉਹਨਾਂ ਦਾ ਕੈਰੇਕਟਰ ਚੰਗਾ ਸਾਡੀ ਧੀ ਧੀ ਭੈਣਾਂ ਨਾ ਧੱਕਾ ਨਹੀਂ ਕਰਨਗੇ ਅੱਜ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਦੀ ਰਾਖੀ ਵਾਸਤੇ ਸਮਾਰਟ ਸੈਂਟਰ ਜਿਹੜਾ ਵਾ ਖੋਲ੍ਹਿਆ ਵਾ ਸਾਡੀਆਂ ਧੀਆਂ ਭੈਣਾਂ ਨੂੰ ਜਿਹੜਾ ਵਾ ਉਹ ਤਸਾ ਕੇ ਛੋਟੀ ਉਮਰ ਦੇ ਵਿੱਚ ਗਲਤ ਬੰਨੇ ਲਾਇਆ ਜਾਂਦਾ ਵਾ ਇਹਦੇ ਬਾਰੇ ਆਪਾਂ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ ਬੂਟਾ ਸਿੰਘ ਜੀ ਬਾਰੇ ਬੂਟਾ ਸਿੰਘ ਜੀ ਉਹਨਾਂ ਦੇ ਨਾਲ ਤੇ ਬੂਟਾ ਸਿੰਘ ਜੀ ਥੋੜਾ ਜਿਹਾ ਵੀ ਦੱਸ ਦੋ ਕਿ ਸਮਾਰਟ ਸੈਂਟਰ ਤੇ ਸਿੱਖ ਯੂਥ ਬ੍ਰਿੰਗਮ ਇਹ ਇੱਕ ਵੱਖਰੀ ਵੱਖਰੀ ਜਿਹੜੀ ਆ ਇਹ ਇੱਕ ਸੰਸਥਾ ਇਹਦੇ ਬਾਰੇ ਕੀ ਕਹਿੰਦੇ ਆ ਅਸੀਂ ਤਾਂ ਇਹ ਕੰਪਲੀਟਲੀ ਵੱਖਰੀ ਐਂਟੀਟੀ ਆ ਇਹ ਐਂਟੀਟੀ ਹੈਗੀ ਆ ਕਮਿਊਨਿਟੀ ਦੇ ਵਾਸਤੇ ਇਸ ਸੈਪਰੇਟਲੀ ਫੰਡਡ ਆ ਤਾਂ ਇਹ ਹੈਗੀ ਹੈ ਚੈਲਟੀ ਨਹੀਂ ਤਾਂ ਸੀ ਕਯੂਥ ਬ੍ਰਿੰਗਮ ਹੈਕਰ ਆ ਸੈਪਰੇਟ ਓਰਗਨਾਈਜੇਸ਼ਨ ਆ ਤਾਂ ਇਹ ਐਕਸ ਸੈਪਰੇਟ ਓਰਗਨਾਈਜੇਸ਼ਨ ਆ ਬਟ ਸਾਰੀ ਮੇਨ Aim ਐਂਡ ਫੋਕਸ ਹੈਗੀ ਆ ਸੈਂਡਵੈਲ ਦੀ ਰੀਜਨਲ ਕਮਿਊਨਿਟੀ ਦੀ ਬਟ ਸਾਰੀ ਜੋ ਵੀ ਹੈਗੇ ਆ ਸੈਕ ਪੰਥ ਦੇ ਮੈਂਬਰ ਸੋ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਸਿੱਖ ਯੂਥ ਬਰਿੰਗਮ ਵਿੱਚ ਇੱਕ ਵੱਖਰਾ ਧਾਰਾਵਾ ਤੇ ਸਮਾਰਟ ਸੈਂਟਰ ਵੱਖਰਾ ਧਾਰਾਵਾ ਪਰ ਸਾਰਿਆਂ ਨੂੰ ਖੁੱਲਾ ਸਦਾਵਾ ਕਿ ਸਾਰੇ ਆਣ ਕੇ ਆਪਣੇ ਦੁੱਖ ਸੁੱਖ ਸੁਣਾ ਸਕਦੇ ਆ ਤੇ ਕੋਈ ਵੀ ਧਿਆਨ ਕੇ ਇਸ ਸਮਾਰਟ ਸੈਂਟਰ ਦੀ ਜਿਹੜਾ ਵਾ ਉਹ ਹੈਲਪ ਕਰਦਾ ਵਾ ਹੈਲਪ ਕਰ ਸਕਦਾ ਵਾ ਤੇ ਜਿਸ ਤਰ੍ਹਾਂ ਇਹ ਆਪਣੀਆਂ ਅੱਜ ਗੱਲਬਾਤ ਕਰਾਂਗੇ ਕਿ ਬਹੁਤ ਬੱਚੀਆਂ ਦੇ ਕੇਸ ਕਿੰਨੀਆਂ ਕੁ ਬੱਚੀਆਂ ਦੇ ਲਗਭਗ ਤੁਹਾਡੇ ਕੋਲ ਕੇਸ ਹੈਗੇ ਹਾਲੇ ਤੱਕ ਕੇਸ ਨਹੀਂ ਪਰ ਰਿਫਰਲ ਆ ਰਿਹਾ ਹੈ बिकॉज ਉਹਨਾਂ ਤੇ ਕੇਸ ਨਹੀਂ ਹੈਂਡਲ ਹੋ ਸਕਦੇ ਸੈਂਟਰ ਤੇ ਜਿਨ੍ਹਾਂ ਤੇ ਕਿੜ ਸਾਰੀ ਪ੍ਰੋਸੀਜਰ ਪ੍ਰੋਸੈਸ ਲੀਗਲੀ ਐਨੂੰ ਸਹਿਮਤ ਨਹੀਂ ਹੋ ਜਾਂਦੇ ਜਿਨ੍ਹਾਂ ਤੇ ਕਿੜ ਅਸੀਂ ਆਪਣੀਆਂ ਨਿਆਣੀ ਪੜੀਆਂ ਫਾਊਂਡੇਸ਼ਨ ਨਹੀਂ ਬਣਾਇਆ ਉਹਨਾਂ ਤੇ ਕਿੜ ਉਹਨਾਂ ਤੇ ਅਸੀਂ ਬਿਲਡਿੰਗ ਨਹੀਂ ਸ਼ੁਰੂ ਕਰਨੀ ਪਰ ਇੱਕ ਚੀਜ਼ ਮੈਂ ਕਹਿਸਣਾ ਕਿ ਸਾਡੇ ਕਾਫੀ ਰਿਫਰਲ ਆ ਰਹੇ ਆ ਉਹ ਤਾਂ ਪਤਾ ਲੱਗਦਾ ਕਿ ਇਸ ਸੈਂਟਰ ਦੀ ਜ਼ਰੂਰਤਾਂ ਇਹ ਨੀਡ ਵਾ ਕਿ ਰਿਫਰਲ ਹੁਣੇ ਆ ਰਹੇ ਆ ਤਾਂ ਅਸੀਂ ਹਾਲੇ ਸ਼ੁਰੂ ਹੋਏ ਆ ਹਾਲੇ ਮਹੀਨਾ ਹੀ ਹੋਇਆ ਸੋ ਪਿਆਰੇ ਦਸ ਕੋ 4 ਵੀਕਾ ਦੀ ਅਜੇ ਸਾਰੀ ਇਹਨਾਂ ਦੀ ਜਿਹੜੀ ਆ ਸ਼ਮੂਲੀ ਤੇ ਆ 4 ਵੀਕਾਂ ਹੋ ਗਈਆਂ ਇਹ ਸਮਾਰਟ ਸੈਂਟਰ ਨੂੰ ਤੇ 6 ਮਹੀਨੇ ਤੋਂ ਜਿਹੜੀ ਉਪਾਜਨਾ ਠੋ ਰਹੀ ਸੀ ਤੇ ਇਹ ਆਫਿਸ ਵੀ ਜਿਹੜਾ ਆ ਆਫਿਸ ਲੈਣ ਨੂੰ ਕਿੰਨਾ ਚਿਰ ਹੋ ਗਿਆ ਆਫਿਸ ਲੈਣ ਨੂੰ ਥੋੜ੍ਹਾ 6 ਮਹੀਨੇ ਹੋ ਹਟਿਆ ਪਰ ਉਸ ਟਾਈਮ ਚ ਹਾਲੇ ਬਿਲਡਿੰਗ ਹੀ ਐਕਵਾਇਰ ਕੀਤੀ ਸੀਗੀ ਹਾਲੇ ਜਿੰਨਾ ਤੱਕ ਆ ਪਹਿਲੀ ਹਾਲੇ ਡੈਸਕ ਜਾਂ ਕੰਪਿਊਟਰ ਨਹੀਂ ਵਿੱਚ ਪਾਇਆ ਸੀਗਾ 4 4 ਹੀ ਹਫਤੇ ਬਸ ਹੋਏ ਆ ਤਾਂ ਅਸੀਂ ਜਰੂਰ ਕਮਿਊਨੀਕੇਸ਼ਨ ਲਾਈਨ ਅਜੇ ਸ਼ੁਰੂ ਹੀ ਕੀਤੇ ਸੀਗੇ ਕਿ ਅਸੀਂ ਇੱਥੇ ਹੈਗੇ ਆ ਤਾਂ ਉਹਨੇ ਚੜ ਵਿੱਚ ਉਹਨੇ ਥੋੜੇ ਜੇ ਤਿੰਨ ਹਫਤਾ ਚਾਰ ਹਫਤੇ ਦੇ ਅੰਦਰ ਅੰਦਰ ਕਈ ਰੈਫਰਲ ਆ ਹਟੇ ਆ ਸਾਡੀਆਂ ਪੈਣਾਤੀਆਂ ਤੋਂ ਵੀ ਜੰਗ ਮੁੰਡੀਆਂ ਤੋਂ ਵੀ ਕਈ ਡਿਫਰੈਂਟ ਕਮਿਊਨਿਟੀ ਮੈਂਬਰਾਂ ਤੋਂ ਤਾਂ ਸੋ ਕਾਫੀ ਵਾਇਰੈਟੀ ਆ ਕਿ ਇਸ ਦੀ ਰਿਕੁਆਇਰਮੈਂਟ ਹੁਣ ਜਦੋਂ ਸੈਂਟਰ ਸੈਂਟਰ ਦਾ ਕੰਮ ਇਹ ਹੋਣਾ ਇੱਕ ਤਾਂ ਸਟ੍ਰੈਂਡ ਆ ਅਸੀਂ ਦੇਣੀ ਟ੍ਰੇਨਿੰਗ ਤੋਂ ਸਪੋਰਟ ਅਜ਼ ਇਨ ਟ੍ਰੇਨ ਕਨ ਕਿ ਫੈਮਿਲੀ ਐਜੂਕੇਸ਼ਨ ਐਜੂਕੇਟਿੰਗ ਫॉर ਸੇਫਗਾਰਡਿੰਗ ਸਾਈਬਰ ਐਂਡ ਆਨਲਾਈਨ ਸੇਫਟੀ ਅਵੇਅਰਨੈਸ ਸਪੋਰਟ ਆਲਸੋ ਇਕੁਐਲਟੀ ਐਂਡ ਡਾਈਵਰਸਟੀ ਅਸੀਂ ਮਿਕਸਮਾਜ ਜਿਹੜੇ ਨੇ ਆ ਕਿਦਾਂ ਇੰਟਰੈਕਟ ਕਰਨਾ ਦੂਸਰੀ ਸਟ੍ਰੈਂਡ ਹੈਗੀ ਆ ਕਿ ਅਸੀਂ ਜਦੋਂ ਸਾਡੇ ਕੋਲ ਕੋਈ ਰੈਫਰਲ ਆ ਰਹੀ ਆ ਤਾਂ ਕੋਈ ਕੋਈ ਬੱਚਾ ਕਹਿ ਰਿਹਾ ਕਿ ਸਾਨੂੰ ਇਹ ਵਾਪੜਿਆ ਸਾਡੀ ਰੋਲ ਇਹ ਆ ਕਿ ਅਸੀਂ ਉਹਨਾਂ ਨੂੰ ਉਹਨਾਂ ਦਾ ਸੋਨਣਾ ਉਹਨਾਂ ਦਾ ਦੇਖਣਾ ਕਿ ਕੀ ਉਹਨਾਂ ਦੀ ਕੀ ਇਸ਼ੂ ਆ ਫਿਰ ਉਹਨਾਂ ਨੂੰ ਜਾਂ ਤਾਂ ਰੈਫਰ ਕਰਨਾ ਡਾਇਰੈਕਟਲੀ ਟੂ ਜਿਹੜੀ ਗਵਰਨਮੈਂਟ ਏਜੰਸੀ ਜਿਹਾ ਪੁਲਿਸ ਸਰਵਿਸ ਸੋਸ਼ਲ ਸਰਵਿਸਿਜ਼ ਜਾਂ ਲੀਗਲ ਸਰਵਿਸਿਜ਼ ਜਿਹੜੀ ਵੀ ਅਪਰੋਪਰੀਏਟ ਹੋ ਕਿ ਵੀ ਬੜੀ ਅਸੀਂ ਉਹਨਾਂ ਦੇ ਉੱਪਰ ਅਸੀਂ ਉਹਨਾਂ ਦੀ ਫੁੱਲ ਸਪੋਰਟ ਕਰਨੀ ਆ ਕਿ ਨਾਲ ਉਹਨਾਂ ਦੇ ਜਾਣਾ ਟੂ ਉਹਨਾਂ ਨੂੰ ਕਹਿ ਦਿੰਦੇ ਅਸੀਂ ਸ਼ਾਪਡਾਉਨ ਸਰਵਿਸ ਉਹਦਾ ਮਤਲਬ ਅਸੀਂ ਉਹਨਾਂ ਦੇ ਨਾਲ ਜਾਣਾ ਜੇ ਉਹ ਨਹੀਂ ਜਾਣਾ ਪੁਲਿਸ ਸਟੇਸ਼ਨ ਜਾਂ ਸੋਸ਼ਲ ਸਰਵਿਸਿਜ਼ ਕਿ ਅਸੀਂ ਉਹਨਾਂ ਦੀ ਇੱਕ ਸਪੋਰਟ ਆਰਮ ਆ ਆਫੀਸ਼ੀਅਲੀ ਇਸ ਟੂ ਉਹਨਾਂ ਦੇ ਟ੍ਰਾਂਸਲੇਸ਼ਨ ਵੀ ਕਰਨੀ ਪਰ ਟ੍ਰਾਂਸਲੇਸ਼ਨ ਤੋਂ ਵਾਰਾ ਕਿ ਉਹਨਾਂ ਨੂੰ ਗਾਈਡੈਂਸ ਦੇ ਦੇਣੀ ਇੰਡੀਵਿਜੂਅਲ ਨੂੰ ਨਹੀਂ ਜੇ ਡੀ ਆਫੀਸਰ ਨਾਲ ਅਸੀਂ ਜਿੱਦਾਂ ਡਿਸਕਸ਼ਨ ਕਰ ਰਹੇ ਹਾਂ ਉਹ ਆਫੀਸਰ ਕਹਿਸਾ ਕਿ ਲੁੱਕ ਮੈਂ ਕਦੀ ਸਿੱਖ ਜਾਂ Hindu ਜਾਂ Christian ਜਾਂ ਜਿੱਦਾਂ ਵੀ ਹੈਗਾ ਕਦੀ ਅਸੀਂ ਡੀਲ ਨਹੀਂ ਹੋਇਆ ਅਸੀਂ ਉਹਨਾਂ ਨੂੰ ਅੰਡਰਸਟੈਂਡ ਕਰਨੀ ਗੀ ਲੁੱਕ ਇਹ ਇਹ ਸਟੈਂਡ ਪੁਆਇੰਟ ਤੋਂ ਆਉਂਦੇ ਆ ਆ ਹੋ ਰਿਹਾ ਤਾਂ ਜੋ ਤੁਸੀਂ ਇਹ ਕੇਸ ਦੇਖਣਾ ਇਸ ਸਲਾਈਡ ਵਿੱਚ ਦੇਖੋ ਤੁਸੀਂ ਆਪਣੀ ਡਿਊਟੀ ਪੂਰੀ ਕਰੋ ਬਿਲਕੁਲ ਬਿਲਕੁਲ ਪਰਦੇਸ ਕੁਏ ਦੇ ਵਿੱਚ ਜਿਹੜੀ ਮਰਜੀ ਕਮਿਊਨਿਟੀ ਦਾ ਜੇ Hindu ਆ ਜੇ Muslim ਆ ਜੇ ਜਿਹੜਾ ਵੀ ਮਰਜੀ ਆ ਜੇ ਮਾਨਸਿਕ ਜਾਨ ਇੱਕ ਹੀ ਪਛਾਣ ਉਹ ਸਾਰਿਆਂ ਦੀ ਜਿਹੜੀ ਹੈਲਪ ਕਰਨੀ ਇਹ ਇਸ ਕਰਕੇ ਸਮਾਰਟ ਸੈਟਰ ਖੋਲਿਆ ਤੇ ਇਹਦੀ ਰਜਿਸਟ੍ਰੇਸ਼ਨ ਹੋ ਚੁੱਕੀ ਆ ਹਾਂਜੀ ਇਹਦੀ ਰਜਿਸਟ੍ਰੇਸ਼ਨ ਹੋ ਹਤੀ ਐਜ਼ ਅ ਕਮਿਊਨਿਟੀ ਇੰਟਰਸਟ ਕੰਪਨੀ ਤਾਂ ਇਹ ਨਾਨ profitable non income generating ਹੈਗੀ ਆ ਇਹਦੀ ਕੰਪਲੀਟ ਇੰਟਰਸਟ ਇਸ ਕਮਿਊਨਿਟੀ ਲਈ ਆ ਇਹ ਇਦਾਂ ਸਾਡਾ ਰੋਲ ਇਦਾਂ ਜੇ ਅਸੀਂ ਪੰਜਾਬੀ ਚ ਕਹਈਏ ਅਸੀਂ ਕਮਿਊਨਿਟੀ ਲਈ ਇੱਕ ਐਕਸਟਰਾ ਗਾਈਡੈਂਸ ਪ੍ਰਦਾਨੀ ਕਰ ਰਹੇ ਆ ਲੀਗਲ ਤੌਰ ਤੋਂ ਲੀਗਲ ਤੌਰ ਦਾ ਮਤਲਬ ਹੈ ਕਿ ਅਸੀਂ ਲੀਗਲ ਐਡਵਾਈਸ ਨਹੀਂ ਦੇ ਦੇ ਰਹੇ ਪਰ ਸਾਡੇ ਸੈਂਟਰ ਦੇ ਵਿੱਚ ਹੈਗੇ ਆ ਜਿਹੜੇ ਹੈਗੇ ਸਲਿਸਟਰਡ ਅਨਸਲਿਸਟਰਡ ਦੇ ਫੈਡਰਲ ਸਰਵਿਸ ਪਰ ਮੇਨਲੀ ਸਾਡੀ ਹੈਗੀ ਆ ਸਪੋਰਟ ਤੇ ਸਾਡੇ ਆਪਣੀਆਂ ਭੈਣਾਂ ਨਾਲ ਭਰਾਵਾਂ ਨਾਲ ਨਾਲ ਖੜੇ ਹੋਣਾ ਉਹਨਾਂ ਨੂੰ ਉਹਨਾਂ ਨੂੰ ਸਪੋਰਟ ਦੇਣੀ ਉਹਨਾਂ ਦੇ ਬਿਹਫ ਲੌਬੀ ਕਰਨਾਂ ਕਿ ਇੱਕ ਚੀਜ਼ ਹੈਗੀ ਆ ਸਾਡੀ ਇੱਥੇ ਕਮਿਊਨਿਟੀ ਨੂੰ ਹੁਣ 50 60 ਸਾਲ ਹੋ ਗਏ ਆਇਆ ਨੂੰ ਬਟ ਸਾਡੀ ਸਟੈਂਡਿੰਗ ਜਿਹਦਾ ਕਈ ਸਫੇਰ ਦੇ ਵਿੱਚ ਐਜੂਕੇਸ਼ਨ ਵਿੱਚ ਲੀਗਲ ਸਰਵਿਸਿਜ਼ ਮੈਡੀਸਨ ਕਈ ਥਾਂ ਹੈਗੀ ਆ ਬਟ ਐਜ਼ ਅ ਕਮਿਊਨਿਟੀ ਸਾਨੂੰ ਇਹ ਵੀ ਚਾਹੀਦਾ ਕਿ ਅਸੀਂ ਜਿਹੜੇ ਕਾਨੂੰਨ ਆ ਜਿਹੜੇ ਸਾਨੂੰ ਗਵਰਨ ਕਰ ਰਹੇ ਸਮਾਜ ਦੇ ਵਿੱਚ ਅਸੀਂ ਉਹਨਾਂ ਨੂੰ ਕਹੀਏ ਕਿ ਲੁੱਕ ਤੁਸੀਂ ਅਕਾਊਂਟ ਕਰੋ ਕਿ ਅਸੀਂ ਇੱਥੇ ਹੈਗੇ ਆ ਅਸੀਂ ਹੈਗੇ ਬ੍ਰਿਟਿਸ਼ ਸਿਟੀਜ਼ਨ ਪਰ ਅਸੀਂ ਥੋੜੀ ਜਿਹਾ ਡਿਫਰੈਂਟ ਟਾਈਪ ਬ੍ਰਿਟਿਸ਼ ਸਿਟੀਜ਼ਨ ਹਾਂ ਤਿਆਨੂੰ ਸਾਡੀ ਅੰਡਰਸਟੈਂਡਿੰਗ ਕਰਨੀ ਹੈ ਜੇ ਤੁਸੀਂ ਸਾਨੂੰ ਸਰਵਿਸ ਕਰਨ ਦਾ ਇਹ ਬ੍ਰਿਟਿਸ਼ ਗਵਰਨਮੈਂਟ ਨੇ ਬਹੁਤ ਚੈਰਟੀ ਕੀਤਾ ਵਾ ਫੋਰ ਇਗਜ਼ਾਮਪਲ ਜੇ ਉਹਨਾਂ ਨੇ ਐਕਸ ਕੀਤੇ ਕਿ ਸਪੋਰਟ ਜੂਡੀਸ਼ ਕਮਿਊਨਿਟੀ ਨੂੰ ਡਿਫਰੈਂਟ ਟਾਈਪਸ ਆਫ ਕ੍ਰਿਸਚੀਅਨ ਕਮਿਊਨਿਟੀ ਨੂੰ ਸਿੱਖਾਂ ਨੇ ਵੀ ਥੋੜਾ ਥੋੜੇ ਬਹੁਤਾ ਕੀਤਾ ਵਾ ਜਿਦਾਂ ਹੈਲਮਟ ਲੋਸ ਅਦਰ ਥਿੰਗਸ ਪਰ ਸਾਨੂੰ ਹੁਣ ਇਹਨਾਂ ਨੂੰ ਪੁਸ਼ ਕਰਨਾ ਪੈਣਾ ਕਿ ਲੁੱਕ ਜੇ ਕੋਈ ਤੁਸੀਂ ਕੋਈ ਤਾਂ ਨੂੰ ਰਿਪੋਰਟ ਕਰਤਾ ਕਿ ਸਾਨੂੰ ਇਹ ਹੋਇਆ ਫਿਰ ਤੁਹਾਨੂੰ ਅਸੀਂ ਐਗਜ਼ਾਮਪਲ ਦਿੰਨੇ ਆ ਜੇ ਕੋਈ ਫੋਰ ਐਗਜ਼ਾਮਪਲ ਇੱਥੇ ਬੀਬੀ ਆ ਜਵੇ ਤੋ ਕਿਦੇਵੇ ਕਿ ਲੁੱਕ ਇਦਾਂ ਇਦਾਂ ਮੇਰੀਆਂ ਫੋਟੋ ਖਿੱਚੀਆਂ ਗਈਆਂ ਉਹ ਮੁੰਡੇ ਨਾਲ ਮੇਰਾ ਰਿਲੇਸ਼ਨਸ਼ਿਪ ਸੀ ਉਹ ਕਹਿ ਰਿਹਾ ਕਿ ਮੈਂ ਹੁਣ ਉਹ ਫੋਟੋਆਂ ਸਾਰਿਆਂ ਨੂੰ ਬੰਦ ਦੇਨੀਆ ਬਲੈਕਮੇਲ ਕਰੂੰਗਾ ਬਲੈਕਮੇਲ ਕਰੂੰਗਾ ਹਨਾ ਬੜੀ ਬਲੈਕਮੇਲ ਇਹ ਇੱਕ ਮਿਸਾਲ ਇਹਨੂੰ ਦੱਸਣੇ ਆ ਜਿਹੜਾ ਆਮ ਪੁਲਿਸ ਆਫੀਸਰ ਤੁਸੀਂ ਜਾ ਕੇ ਰਿਪੋਰਟ ਕਰਦੇ ਉਹਨੇ ਕਹਿੰਨਾ ਕਿ ਕ੍ਰਾਈਮ ਕਾਦਾ ਉਹਨੇ ਕਹਿੰਨਾ ਕਿ ਲੋਕ ਚੱਲ ਤੂੰ ਪਰਮਿਸ਼ਨ ਦਿੱਤੀ ਹੋਊਗੀ ਕਿ ਤੁਸੀਂ ਫੋਟੋ ਖਿਚਾਈਆਂ ਤਾਂ ਕੁੜੀ ਨੇ ਪਰਮਿਸ਼ਨ ਦਿੱਤੀ ਹੋਊਗੀ ਜੇ ਫੋਟੋ ਖਿਚਾਈਆਂ ਉਹਨੇ ਕਹਿੰਨਾ ਕਿ ਕ੍ਰਾਈਮ ਨਹੀਂ ਉਹਨੇ ਕਹਿੰਨਾ ਜੇ 2-3 ਬੰਦਿਆਂ ਨੂੰ ਦੇਤੀਆਂ ਤਾਂ ਇਸ ਇਸ ਨਾਟ ਅ ਬਿਗ ਪ੍ਰੋਬਲਮ ਪਰ ਉਹਨਾਂ ਨੂੰ ਇਹ ਨਹੀਂ ਕਿ ਕਲਚਰਲੀ ਤੁਸੀਂ ਸਮਝੋ ਕਿ ਉਹਨਾਂ ਨੂੰ ਸ਼ਰਮ ਆਉਂਦੀ ਆ ਡਿਫਿਕਲਟੀ ਆ ਕਿ ਆਪਣੀ ਉਹਨਾਂ ਦੀਆਂ ਪਰਾਵਾਂ ਨੂੰ ਪਹਿਣਾ ਨੂੰ ਕਮਿਊਨਿਟੀ ਮੈਂਬਰਾਂ ਨੂੰ ਪਤਾ ਲੱਗ ਜਾਣਾ ਕਿ ਇਹ ਗੱਲ ਹੋ ਹਟਿਆ ਹੋਰ ਨਾਲੇ ਗਾਂ ਬੱਚਾ ਜਾਂ ਬੱਚੀ ਆ ਉਹਦੇ ਰਿਸ਼ਤੇ ਵਾਸਤੇ ਜਦੋਂ ਦੀ ਅਗੇਂਜਮੈਂਟ ਹੁੰਨੀ ਆ ਉਹਦੇ ਫਿਊਚਰ ਵਾਸਤੇ ਵੀ ਬਹੁਤ ਉਹਦਾ ਰਿਸ਼ਤਾ ਵੀ ਟੁੱਟ ਸਕਦਾ ਹੈ ਜੀ ਜੀ ਇਤਨਾ ਇਹ ਕਨਸੀਕਵੈਂਸ ਇਸ ਕੰਟਰੀ ਚੀਨੀ ਮਲਖ ਚੀਨੀ ਗਾਂ ਇੰਡੀਆ ਦੇ ਰੈਸਟੋਰਾਂਨਾਂ ਨੂੰ ਵੀ ਪਤਾ ਲੱਗ ਸਕਦਾ ਹੋਰ ਮਲਖ ਚ ਵੀ ਜਿਹੜੇ ਬੈਠੇ ਆ ਨਾਲੇ ਲੁੱਕ ਪਹਿਲੀ ਚੀਜ਼ ਤੇ ਇਹ ਆ ਰੈਸਟਰ ਐਕਸਾਈਡ ਉਹ ਰੋਂਗ ਸਟੈਪ ਵੀ ਚੱਕ ਸਕਦੀ ਆ ਉਹ ਮੁੰਡਾ ਵੀ ਜੇ ਮੁੰਡਾ ਵੀ ਹੋਇਆ ਉਹ ਵੀ ਰੋਂਗ ਸਟੈਪ ਚੱਕ ਸਕਦਾ ਤਾਂ ਸਾਡੀ ਇਹ ਗੱਲ ਵਾ ਕਿ ਅਸੀਂ ਪ੍ਰੀਵੈਂਸ਼ਨ ਕਰੀਏ ਅਸੀਂ ਉਹਨਾਂ ਨੂੰ ਰਿਫਰ ਕਰ ਗਏ ਜਿਹੜੀ ਅਪਰੋਪ੍ਰੀਏਟ ਐਜੰਸੀ ਤਾਂ ਜਿਹੜੀ ਅਫਸਰ ਉਹਨੂੰ ਇਨਵੈਸਟੀਗੇਟ ਕਰਦੇ ਉਹਨਾਂ ਕਹਿੰਦੇ ਲੁੱਕ ਇਹ ਉਸ ਇੰਡੀਵਿਜੂਅਲ ਨੂੰ ਮੈਂਟਲ ਐਂਗੁਇਸ਼ ਵਾ ਇਹਦੀ ਨਹੀਂ ਹੈਲਥਲੀ ਨਹੀਂ ਚੰਗੀ ਇਟ ਇਜ਼ ਅ ਫਾਰਮ ਆਫ ਬਲੈਕਮੇਲ ਦੈਟ ਡਸ ਨੋਟ ਇਨਵੋਲਵ ਮਨੀ ਬਟ ਇਟ ਇਜ਼ ਕਲਚਰਲ ਹੌਸਟੇਜ ਟੇਕਿੰਗ ਅਸੀਂ ਉਹਨਾਂ ਨੂੰ ਅੰਡਰਸਟੈਂਡ ਕਰਦੇ ਤਾਂ ਮੈਂ ਇਹ ਕਹੂੰਗਾ ਕਿ ਜਿਹੜੀ ਪੁਲਿਸ ਸਰਵਿਸਿਜ਼ ਬਾਕੀ ਦੀ ਸਰਵਿਸਿਜ਼ ਆਲ ਡੂ ਇੰਗੇਜ ਹੋਣੀਆਂ ਚਾਹੁੰਦੀਆਂ ਪਰ ਸਾਇਨੀ ਕੇ ਉਹ ਆਪਣੀ ਜੌਬ ਨਹੀਂ ਕਰਦੀਆ ਸਾਡੀ ਜੌਬ ਆ ਕੇ ਜਿਹੜੋ ਉਹ ਆਪਣੀ ਜੌਬ ਕਰਦੀਆ ਉਹ ਪੂਰੇ ਐਕਸਟੈਂਡ ਤੇ ਕਰਦੇ ਇਨਫੋਰਮੇਸ਼ਨ ਨਾਲ ਕਿ ਉਹਨਾਂ ਨੂੰ ਅੰਡਰਸਟੈਂਡਿੰਗ ਫੁੱਲੀ ਹੋਵੇ ਕੇਸ ਦੀ ਕਿ ਇਹਦਾ ਮਤਲਬ ਇਹ ਆ ਤਾਂ ਇਸ ਸਿਚੁਏਸ਼ਨ ਸਾਨੂੰ ਇਹ ਟ੍ਰੀਟ ਇਦਾਂ ਕਰਨਾ ਚਾਹੀਦਾ ਹੈ ਸਿਚੁਏਸ਼ਨ ਇਹ ਇਦਾਂ ਨਹੀਂ ਕਿ ਚਲ ਸਾਨੂੰ ਦੱਸਦੇ ਅਸੀਂ ਲੈ ਕੇ ਤੁਰਦਾ ਬਸ ਹਣਾ ਬੜੀ ਬੜੀ ਗੱਲ ਕੀਤੀ ਇਹਨਾਂ ਨੇ ਬੂਟਾ ਸਿੰਘ ਨੇ ਕਿ ਜਦੋਂ ਉਮਰ ਉਹ ਜੀਂਦੀ ਆ ਜਦੋਂ ਬੱਚੇ ਗਲਤ ਫੋਟੋ ਕਟਾ ਲੀਂਦੇ ਫਿਰ ਉਹਨੂੰ ਬਲੈਕਮੇਲ ਜਦੋਂ ਕੀਤਾ ਜਾਂਦਾ ਤੇ ਵਧੀਆ ਪੁਲਿਸ ਨੂੰ ਦੱਸਿਆ ਜਾਵੇ ਕਿ ਇਹ ਖੁਦਕਸ਼ੀ ਵੀ ਕਰ ਸਕਦਾ ਵਾ ਬੱਚਾ ਬੱਚੀ ਕਿਉਂਕਿ ਜਦੋਂ ਬੱਚਾ ਪਹਿਲਾਂ ਗਲਤੀ ਕਰਦਾ ਮੁੜ ਕੇ ਉਹ ਸੋਚਦਾ ਉਹਦੀ ਬੜਾ ਮਾੜੀ ਗੱਲ ਉਹ ਤੁਸੀਂ ਐਕਸਪਲੇਨ ਕਰ ਦੇ ਜੇ ਤੇ ਜਿਸ ਤਰ੍ਹਾਂ ਦੱਸਿਆ ਤੁਹਾਡੇ ਕੋਲ ਬਹੁਤ ਕੇਸ ਆ ਇਹ ਕਿਸ ਤਰ੍ਹਾਂ ਬੱਚੇ ਜਿਹੜੇ ਆ ਇਨ੍ਹਾਂ ਕੰਮਾਂ ਚ ਫਸ ਜਾਂਦੇ ਗਲਤ ਕੰਮਾਂ ਚ ਕਿਦਾਂ ਜਿਹੜੇ ਤੁਹਾਨੂੰ ਪਤਾ ਵੀ ਬੜੇ ਚਿਰ ਦਾ ਇੰਗਲੈਂਡ ਚ ਰੋਲਾ ਪਿੰਦਾ ਕਿ ਸਾਡੇ ਜਿਹੜੀਆਂ ਬੱਚੀਆਂ ਵਾ ਉਹ ਗਲਤ ਦੂਸਰੇ ਰਿਲੇ ਜਿਸ ਨਾਲ ਚੱਲ ਜਾਂਦੀਆਂ ਵਾ ਤੇ ਉੜ ਕੇ ਬੜੀਆਂ ਮੁਸ਼ਕਲਾਂ ਆਉਂਦੀਆਂ ਵਾ ਇਹ ਬੱਚੇ ਕਿਉਂ ਜਿਹੜੇ ਆ ਲੁੱਕ ਇਹ ਗੱਲ ਹੈਗੀ ਨਾ ਕਿ ਲੁੱਕ ਇਹ ਪ੍ਰੋਬਲਮ ਇਹ ਆ ਕਿ ਜਿਹੜੇ ਸਾਡੀ ਬੱਚੀਆਂ ਬੇਟੇ ਆ ਉਹਨਾਂ ਨੂੰ ਕਨੈਕਸ਼ਨ ਸਾਡੀ ਕਮਿਊਨਿਟੀ ਵਿੱਚ ਹੈਗਾ ਜਹਾਣੀ ਹਨਾ ਤੁਸੀਂ ਲੋਕ ਮਾਪੇ ਆਪਣੇ ਬੱਚਿਆਂ ਬੇਟਿਆਂ ਨੂੰ ਘਰ ਤਾਂ ਨਹੀਂ ਲੈ ਜਾਂਦੇ ਆ ਚੱਲ ਜਾਂਦੇ ਆ ਲੰਗਰ ਖਾ ਲੈਂਦੇ ਆ ਮਾਤਾ ਦੇ ਕੇ ਆ ਜਾਂਦੇ ਆ ਉਹਨਾਂ ਨੂੰ ਇਹ ਅੰਡਰਸਟੈਂਡਿੰਗ ਨਹੀਂ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੇ ਤੁਸੀਂ ਫੈਮਲੀ ਸੈਟਿੰਗਸ ਬੈਠੇ ਆ ਜੇਸੀਂ ਡਿਸਕਸ ਕਰਦੇ ਆ ਕਿ ਆ ਫੁੱਟਬਾਲ ਟੀਮ ਜਾਂ 30 ਜਾਂ ਆ ਹੋ ਰਿਹਾ ਨਿਊਜ਼ ਉਹ ਨਾਰਮਲ ਯੂ ਨਾ ਠੀਕ ਵਾ ఎవਰੀਥਿੰਗ ਗੁੱਡ ਵਾ ਪਰ ਤਾਨੂੰ ਮੈਂ ਆਪ ਆਪ ਇੱਕ ਟੀਚਰ ਹਾਂ ਤਾਂ ਨੂੰ टीच ਕਰਨਾ ਪੈਂਦਾ ਕਿ ਲੁਕ ਤੁਸੀਂ ਆਪਣੇ ਆਪ ਦੀ ਲੁਕ ਆਫਟਰ ਕਰੋ ਅਵੇਅਰਨੈਸ ਹੋਵੇ ਕਿ ਤੁਸੀਂ ਤੁਹਾਡੀਆਂ ਐਡੀਸ਼ਨਲ ਰਿਸਪੌਂਸਿਬਿਲਟੀ ਵੀ ਹੈਗੀਆਂ ਟੂ ਸੇਫਗਾਰਡ ਯਰਸੈਲਫ ਐਸ ਯੰਗ ਔਮਨ ਯੰਗ ਪੀਪਲ ਬਿਕਾਸ ਹੋਂ ਅਸੀਂ ਇਦਾਂ ਕਰ ਗਏ ਨਹੀਂ ਸਾਰੇ ਕਿ ਤੁ ਆ ਨਹੀਂ ਕਰ ਸਕਦੀ ਜਾਂ ਤੂੰ ਆ ਨਹੀਂ ਕਰ ਸਕਣਾ ਕਿ ਅਸੀਂ ਕੋਈ ਇਦਾਂ ਦੀ ਕਮਿਊਨਿਟੀ ਤਾਂ ਹਣੀ ਅਸੀਂ ਸਲਾਮਸ਼ਵਰਾ ਦੇ ਸਨਿ ਸਪੋਰਟ ਦੇ ਸਨਿਆ ਪਰ ਇਹ ਚੀਜ਼ ਮੈਂ ਕਹੂੰਗਾ ਇਦਾਂ ਨਹੀਂ ਕਿ ਕੱਲੀਆਂ ਇਸ ਤਰ੍ਹਾਂ ਦੀ ਫੈਮਲੀ ਜਾਂ ਉਸ ਤਰ੍ਹਾਂ ਦੀ ਲੜਕੀ ਜੋ ਉਸ ਕਾਲਾ ਲੜਕਾ ਉਸ ਚੀਜ਼ ਨਾਲ ਇੱਕ ਕਿਸੇ ਨੂੰ ਵੀ ਹੋ ਸਕਦਾ ਪੜੇ ਲਿਖੇ ਹੋਣ ਜਿੰਨੇ ਮਰਜੀ ਪੜੇ ਲਿਖੇ ਹੋਣ ਗੁੱਡ ਫੈਮਲੀ ਤੋਂ ਹੋਣ ਪਵਾ ਫੈਮਲੀ ਅਮੀਰ ਹੋਵੇ ਗਰੀਬ ਹੋਵੇ ਪਵਾ ਫੈਮਲੀ ਵਿੱਚ ਤਾਫਾਕ ਹੋਵੇ ਇਹ ਕਈ ਵਾਰੀ ਉਹਨਾਂ ਨੂੰ ਜਿਹੜਾ ਪਾਰਟਾਜ ਇਹ ਦੇ ਦਿੰਦੇ ਹੋਣ ਜਾਂ ਅਜਿਹਾ ਕਹ ਲਿਆ ਜਦੋਂ ਦਿਨ ਮਾੜੇ ਹੋਣ ਪੁੱਛ ਕੇ ਨਹੀਂ ਆਉਂਦੇ ਪੁੱਛ ਕੇ ਨਹੀਂ ਆਉਂਦੇ ਪਰ ਜਿਹੜੀ ਦੂਸਰੀ ਹੁੰਦੇ ਆ ਕਈ ਤਾਂ ਹੁੰਦੇ ਕਿ ਡਿਲੀਬਰਟਲੀ ਕਈ ਤਾਂ ਬੰਦੇ ਭਲੇਖੇ ਨਾ ਰਿਲੇਸ਼ਨਸ਼ਿਪ ਚ ਫਾਸਟ ਜਾਂ ਜਾਂਦੇ ਆ ਉਹ ਕਹਿੰਦੇ ਕਿ ਉਹ ਮੈਨੂੰ ਪਿਆਰ ਕਰਦਾ ਮੈਂ ਇਹਨੂੰ ਪਿਆਰ ਕਰਦੀ ਆ ਤੇ ਫੇਰ ਰਿਲੇਸ਼ਨਸ਼ਿਪ ਦੀ ਬ੍ਰੇਕਡਾਊਨ ਜੇ ਹੋ ਜਾਂਦੀ ਆ ਤੇ ਜਿਹੜੀ ਆਮ ਨਾਰਮਲ ਹੈਲਥੀ ਰਿਲੇਸ਼ਨਸ਼ਿਪ ਆ ਬੰਦਾ ਕਰਨ ਨਾਲ ਚੱਲ ਮੈਂ ਆਪਣੇ ਰਸਤੇ ਚੱਲਿਆ ਤੂੰ ਆਪਣੇ ਰਸਤੇ ਚੱਲ ਪਰ ਕਿਵਰੀ ਦੇ ਵੀ ਹੁਜੰਦੀ ਉਹ ਗੰਦੇ ਕਿ ਲੁਕ ਮੈਂ ਇਸ ਈਚ ਖੋਸ਼ਨੀ ਤਾਂ ਫਿਰ ਬਲੈਕਮੇਲ ਸ਼ੁਰੂ ਹੋ ਜਾਂਦੀ ਇਦਾਂ ਦੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਕਿ ਇਹ ਵੜੀ ਹੁੰਦਾ ਕਿ ਉਸ ਇੰਡੀਵਿਜੂਅਲ ਜਾਣ ਕੇ ਟਾਰਗੇਟ ਕੀਤਾ ਕਿ ਮੈਂ ਇਸ ਇਨਪਸੋਨਾ ਕਿਸੇ ਨਾਲ ਕਿਸੇ ਤਰ੍ਹਾਂ ਕਿ ਇੱਕ ਡੇ ਇੰਟੈਂਸ਼ਨ ਪਾਵਾਂ ਜਿੰਨੇ ਮਰਜੀ ਚੰਗੇ ਹੋਣ ਤਾਂ ਨੂੰ ਇਦਾਂ ਨਹੀਂ ਪਤਾ ਕਿ ਦੂਸਰੇ ਦੇ ਦਿਲ 'ਚ ਕੀ ਆ ਬੜਾ ਵਧੀਆ ਤੁਹਾਨੂੰ ਕੁਐਸਚਨ ਇੱਕ ਹੁੰਦਾ ਪਿਆਰ ਟਰੂ ਪਿਆਰ ਇੱਕ ਹੁੰਦਾ ਵਾ ਧੋਖੇ ਨਾਲ ਕਿਸੇ ਨੂੰ ਕਿਦਾਂ ਜਾਲ 'ਚ ਪਸਾਉਣਾ ਵਾ ਤੇ ਉਹ ਸਾਡੇ ਬੱਚਿਆਂ ਦੀ ਉਮਰ ਥੋੜੀ ਹੁੰਦੀ ਆ ਤੇ ਉਹ ਪਿਆਰ ਦੇ ਵਿੱਚ ਫਸ ਜਾਂਦੇ ਆ ਤੇ ਇੱਕ ਗਰੂਮਿੰਗ ਦਾ ਇਹ ਸਾਰਾ ਸਿਸਟਮ ਜਿਹੜਾ ਵਾ ਇਹਦੇ ਬਾਰੇ ਤੁਸੀਂ ਬੜਾ ਵੱਡਾ ਉਦਮ ਕੀਤਾ ਵਾ ਸਮਾਰਟ ਸੈਂਟਰ ਨੇ ਤੇ ਤੁਹਾਨੂੰ ਵਲੰਟੀਅਰਾਂ ਦੀ ਲੋੜ ਆ ਤੁਸੀਂ ਟ੍ਰੇਨਿੰਗ ਵੀ ਦੇਣੀ ਆ ਤੇ ਤੁਸੀਂ ਕੀ ਚਾਹੁੰਦੇ ਆ ਕਿ ਇਹ ਮੇਰੇ ਖਿਆਲ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਸੈਂਟਰਾਂ ਦੀ ਬੜੀ ਡਿਮਾਂਡ ਆ ਕੀ ਕਰਨਾ ਚਾਹੋ ਆਈ ਥਿੰਕ ਜ਼ਰੂਰ ਡਿਮਾਂਡ ਵਾ ਆਈ ਥਿੰਕ ਪਿੱਲੀ ਚੀ ਜੇ ਆ ਨਾ ਮੇਰਾ ਤਾਂ ਜੀ ਕਰਦਾ ਕਿ ਇਹ ਸੈਂਟਰ ਅੰਡ ਕੰਟਰੀ ਲੱਗਣਾ ਕਿ ਇਹ ਕਿਤੇ ਵੀ ਨਾ ਸੈਂਟਰ ਹੋਵੇ ਮੇਰਾ ਮਤਲਬ ਇਹ ਤਾਂ ਨਾ ਕਿਤੇ ਸੈਂਟਰ ਹੋਵੇ ਕਿ ਇਹ ਪ੍ਰੋਬਲਮ ਹੋਵੇ ਨਾ ਬਟ ਅਟ ਦੀ ਮੋਰ ਪ੍ਰੋਬਲਮ ਹੈਗੀ ਆ ਤਾਂ ਸਾਨੂੰ ਸੈਂਟਰ ਚਾਹੀਦੇ ਆ ਥਾਂ ਥਾਂ ਸਾਨੂੰ ਸਪੋਰਟ ਚਾਹੀਦੀ ਆ ਥਾਂ ਥਾਂ ਇਹ ਸਾਰੀ ਐਜੂਕੇਸ਼ਨ ਅਸੀਂ ਤਾਂ ਫੈਮਿਲੀ ਐਜੂਕੇਸ਼ਨ ਕਰਨਾ ਚਾਹੁੰਦੇ ਆ ਕਿ ਇਸ ਫੈਮਿਲੀ ਸੈਟਿੰਗ ਸਭ ਕੁਝ ਸ਼ੁਰੂ ਹੁੰਦਾ ਮਾਪੇ ਪਹਿਲਾ ਟੀਚਰ ਹੁੰਦਾ ਨਿਆਣੇ ਬੱਚੇ ਦਾ ਅਸੀਂ ਕਮਾਈਆਂ ਕਰਦੇ ਆ ਅਸੀਂ ਜਾ ਕੇ ਨੌਕੜੀਆਂ ਕਰਦੇ ਆ ਅਸੀਂ ਉਹ ਸਾਡੀ ਜਿਹੜੇ ਬੱਚੇ ਆ ਉਹ ਵੀ ਸਾਡੀ ਕਮਾਈ ਆ ਉਹ ਸਾਡੀ ਅਕਸਰ ਦੌਲਤ ਆ ਔਰ ਸਾਡੀ ਕਮਾਈਆ ਉਹਨਾਂ ਨੂੰ ਸਾਨੂੰ ਅਟੈਂਸ਼ਨ ਦੇਣਾ ਚਾਹੀਦਾ ਮੈਂ ਸ਼ਿਫਟ ਅੱਧੀ ਘੱਟ ਕਰ ਲਵਾਂ ਪਰ ਉਸ ਟਾਈਮ ਨਾਲ ਕਾ ਰਾਜਮਾ ਕਿ ਆਪਣੇ ਬੇਟਾ ਜਾਂ ਬੇਟੀ ਨੂੰ ਕਹਿ ਦਵਾਂ ਕਿ ਤੁਸੀਂ ਹੋਮਵਰਕ ਕੀਤਾ ਅੱਜ ਤੁਹਾਡਾ ਦਿਨ ਕਿਦਾਂ ਚੱਲਿਆ ਅੱਜ ਕੀ ਹੋਇਆ ਕੀ ਸਕੂਲੇ ਹੋਇਆ ਬਾਹਰ ਹੋਇਆ ਸਭ ਕੁਝ ਹੋਇਆ ਇਹ ਉਦੋਂ ਜ਼ਿਆਦਾ ਇੰਪੋਰਟੈਂਟ ਆ ਜਿਹੜਾ ਮੈਂ ਅੱਧੀ ਸ਼ਿਫਟ ਜਾਂ ਓਵਰਟਾਈਮ ਮਿਸ ਕਰਕੇ ਬੜਾ ਵਧੀਆ ਤੁਹਾਂ ਸਵਾਲ ਕੀਤਾ ਕਿ ਬਹੁਤੇ ਮਾਪਿਆਂ ਦੀ ਅੰਗਹੀਲੀ ਨਾ ਕਿਉਂਕਿ ਅਸੀਂ ਪੈਸੇ ਕਮਾਉਣ ਚ ਲੱਗੇ ਜਿਹੜਾ ਸਾਡਾ ਅਸਲੀ ਜਿਹੜੀ ਸਾਡੀ ਪ੍ਰਾਪਰਟੀ ਆ ਜਿਹੜੀ ਸਾਡਾ ਧਨ ਦੌਲਤ ਆ ਬੱਚੇ ਆ ਉਹਨਾਂ ਨੂੰ ਅਸੀਂ ਜਿਹੜਾ ਵਾ ਅਵੇਸਲੇ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਧਿਆਨ ਹੀ ਨਹੀਂ ਦਿੰਦੇ ਐ ਇੱਥੋਂ ਤਾਈਂ ਕਿ ਇਹੋ ਜੀਆਂ ਗੱਲਾਂ ਹੋ ਰਹੀਆਂ ਵਾ ਇਹਨਾਂ ਦੇਸ਼ਾਂ ਦੇ ਵਿੱਚ ਕਿ 40 40 45 45 ਸਾਲ ਦੇ ਬੱਚੇ ਬੱਚੀਆਂ ਹੋ ਜਾਂਦੇ ਆ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਉਹਨਾਂ ਦੀ ਐਂਗੇਜਮੈਂਟ ਕਰਨੀ ਆ ਤੇ ਜਦੋਂ ਪਾਣੀ ਸਰਾਂ ਤੋਂ ਤੇ ਲੰਘ ਜਾਂਦਾ ਆਮ ਕੇਸ ਹੈ ਇੰਗਲੈਂਡ ਦੇ ਵਿੱਚ ਬੱਚੇ ਜਿਹੜੇ ਆ ਉਹ ਮੁੜ ਕੇ ਆਪ ਪਛਤਾਏ ਕਿ ਆਹ ਜੜੀਆਂ ਚੋਗੀ ਖੇਤ ਇਹ ਤਾਂ ਗੱਲ ਜੀ ਤੁਸੀਂ ਨਹੀਂ ਕਰੇ ਤਾਂ ਤੁਸੀਂ ਨਹੀਂ ਉਸ ਬੱਚੇ ਨੂੰ ਪਿਆਰ ਦਿੰਦੇ ਤਾਂ ਉਹ ਹੋਰ ਬਾਹਰ ਕਿਤੇ ਲੱਭਦਾ ਇਹ ਮੈਨੂੰ ਹੋਰ ਕੋਈ ਪਿਆਰ ਕਰੇ ਮੈਨੂੰ ਹੋਰ ਕੋਈ ਸਪੋਰਟ ਕਰੇ ਤਾਂ ਤੁਹਾਡੇ ਇੰਟੈਂਸ਼ਨ ਤਾਂ ਚੰਗੇ ਹੁੰਦੇ ਆ ਤੁਸੀਂ ਤਾਂ ਫਿਊਚਰ ਬਣਾਉਣਾ ਆਪਣੇ ਬੱਚਿਆਂ ਲਈ ਕੰਮ ਕਰ 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 ਕੇ ਹਾਰਡ ਕੰਮ ਕਰਕੇ ਜਿਨ੍ਹਾਂ ਸਾਡੇ ਡੈਡੀ ਆਏ ਸਾਰੇ ਇੱਥੇ ਪੇਲੀਆਂ ਚਾਏ ਆ ਉਹਣੀ ਇਦਾਂ ਸਗਾ ਕੇ ਅਸੀਂ ਘਰ ਬਣਾ ਲੀਏ ਆਪਣੇ ਧੀਆ ਪੁੱਤਾਂ ਲਈ ਹਣਾ ਇੰਟੈਂਸ਼ਨ ਤਾਂ ਗੁੱਡ ਆ ਪਰ ਇਹ ਪ੍ਰੋਬਲਮ ਇਹ ਆ ਕਿ ਜਦੋਂ ਇੱਥੇ ਸੋਸਾਇਟੀ ਦੇ ਬੱਚਾ ਕਹਿੰਦਾ ਕਿ ਚੱਲ ਮੈਂ ਕਿਹੜਾ ਤੈਨੂੰ ਕਦੀ ਦੇਖਣਾ ਜਾਂ ਤੂੰ ਕਿਹੜਾ ਇੱਥੇ ਕਦੀ ਹੁੰਨਾ ਉਹ ਫਿਰ ਉਹ ਫਿਰ ਮੌਕਾ ਬਣ ਜਾਂਦਾ ਓਪਰਚੁਨਿਟੀ ਬਣ ਜਾਂਦੀ ਆ ਹੋੜ ਜਿਹੜਾ ਬੰਦਾ ਬੰਦਾ ਬੁੜੀ ਨੂੰ ਅੰਦਰ ਆਉਣ ਨੂੰ ਕਹਿਣ ਨੂੰ ਕਿ ਜੇ ਤੈਨੂੰ ਇੱਥੇ ਨਹੀਂ ਮਿਲਦਾ ਮੈਂ ਕਰਨਾ ਮੈਂ ਤੇ ਮੈਂ ਤੇ ਆਡੀ ਸਪੋਰਟ ਕਰਦਾ ਮੈਂ ਤੇ ਆਡੀ ਲੁੱਕ ਆਫਟਰ ਕਰਦਾ ਪਰ ਉਹਨਾਂ ਦੇ ਇੰਟੈਂਸ਼ਨ ਮਾੜੇ ਵੀ ਆ ਕਈਆਂ ਦੇ ਚੰਗੇ ਵੀ ਆ ਹਣਾ ਪਰ ਅਵੇਰਨੈਸ ਹੋਣੀ ਚਾਹੀਦੀ ਆ ਪਰ ਇਹ ਘਰ ਤੋਂ ਸ਼ੁਰੂ ਹੁੰਦਾ ਤਾਂ ਅਸੀਂ ਸਰਵਿਸ ਦੀ ਅਸੀਂ ਤਾਂ ਉਸ ਪੁਆਇੰਟ ਤੇ ਆ ਜਦੋਂ ਅਸੀਂ ਜਦੋਂ ਪਾਣੀ ਮੋਢੇ ਤੱਕ ਪਹੁੰਚ ਜਾਂਦਾ ਤਾਂ ਸੈਰ ਤੋਂ ਬਾਅਦ ਹੋਣ ਵਾਲਾ ਤਾਂ ਅਸੀਂ ਫਿਰ ਇੰਟਰਵੈਂਸ਼ਨ ਕਰਦੇ ਅਸੀਂ ਚਾਹੁੰਦੇ ਕਿ ਅਸੀਂ ਉਸ ਪੁਆਇੰਟ ਤੇ ਨਾ ਖੜੀਏ ਜੋ ਪਾਣੀ ਨੰਗ ਗਿਆ ਸਭ ਕੁਝ ਹੋ ਗਿਆ ਮਾ ਉਹ ਇੰਟਰਨੈਟ ਤੇ ਲੱਗਾ ਹੋ ਗੇਮ ਖੇលਦਾ ਹੋਊਗਾ ਜਾਂ ਫਰੈਂਡਾਂ ਨਾਲ ਚੈਟ ਕਰਦਾ ਹੋਊਗਾ ਪਰ ਧਿਆਨ ਨੂੰ ਪਤਾ ਹੋਣਾ ਚਾਹੀਦਾ ਕਿ ਕਿਹਨਾਂ ਚੈਟ ਕਰਦਾ ਕਾਤੇ ਚੈਟ ਕਰਦਾ ਕਿਹੜੇ ਫੋਰਮਾਂ ਚੋਂ ਹੁਣ ਮੈਂ ਨਿੰਗਨੇ ਕੇ ਬੱਚੇ ਦੇਖਦਾ ਉਹਨਾਂ ਕੋਲ ਸਮਾਰਟਫੋਨ ਉਹ ਆਪਣੇ ਮਾਪਿਆਂ ਨਾਲ ਜਾਲ ਜਾਨਦੇ ਮੈਂ ਪਵਾ ਜਿੰਨਾ ਮਰਜੀ ਪੜੇ ਲਿਖੇ ਉਹ ਮੀਨਾ ਜਿਆਦੇ ਜਾਣਦੇ ਕਿ ਕਿਹੜੀ ਸਾਈਟਾਂ ਤੇ ਜਾਣਾ ਕਿੱਦਾਂ ਕਿਹਨਾ ਗੱਲਾਂ ਕਰਨੀਆਂ ਹੁਣ ਇਹ ਗੱਲ ਹੈਗੀ ਪਵਾ ਉਹ ਇੰਨੇ ਸਮਾਰਟ ਹੈਗੇ ਫੋਨ ਵਰਤ ਲੈਣ ਟੈਬਲੇਟ ਵਰਤ ਲੈਣ ਪਰ ਉਹਨਾਂ ਨੂੰ ਇੰਦਾ ਥੋੜਾ ਪਤਾ ਕਿ ਦੂਸਰੀ ਸਾਈਟ ਤੇ ਕੌਣ ਬੈਠਾ ਉਹ ਪਵਾ ਉਹਨਾਂ ਦੇ ਅੰਗੜ ਪੰਜਾ ਸਾਲਾਂ ਦਾ ਬੱਚਾ ਵੀ ਹੋ ਸਕਦਾ ਬਟ ਉਹ 40 ਸਾਲਾਂ ਦਾ ਬੰਦਾ ਵੀ ਹੋ ਸਕਦਾ ਤਿਆਨੂੰ ਕੋਈ ਪਤਾ ਨਹੀਂ ਉੱਥੇ ਕਿਹੜੀ ਤੁਹਾਡੀ ਫੋਟੋ ਜਾਂ ਸ਼ਕਲ ਆਉਂਦੀ ਆ ਇਹੀ ਕਾਰਨ ਹੈ ਕਿ ਇੰਟਰਨੈਟਾਂ ਦੇ ਉੱਤੇ ਜਿਹੜੇ ਹੇਰਾਫੇਰੀ ਹੁੰਦੀਆਂ ਲੋਕ ਜਿਹੜੇ ਫਰੈਂਡਸ਼ਿਪ ਗਲਤ ਚ ਜੁੜ ਜਾਂਦੇ ਆ ਜੇ ਇਹ ਤੇ ਗੱਲਾਂ ਕਿ ਹੁਣ ਅਸੀਂ ਇੱਕ ਦੂਈ ਨਾਲ ਹੁਣ ਅੱਗੇ ਤਾਂ ਹੁੰਦਾ ਸੀਗਾ ਫੈਮਲੀ ਮਾਹੌਲ ਤੁਸੀਂ ਸਾਰੇ ਆਪਣੇ ਆਂਗਵਾਨ ਜਾਣਦੇ ਸੀਗੇ ਹਨਾ ਤਾਂ ਤੁਸੀਂ ਆ ਸਾਡੇ ਭੂਆ ਦਾ ਮੁੰਡਾ ਵਾ ਜਾਂ ਸਾਡਾ ਫਲਾਨਾ ਦਾ ਜਾਂ ਆ ਅਸੀਂ ਇਹਨਾਂ ਨੂੰ ਜਾਣਦੇ ਤਾਂ ਸਾਡੇ ਪੜੋਸੀ ਆ ਪਰ ਹੁਣ ਇਹ ਗੱਲ ਹੋ ਗਈ ਹੈ ਕਿ ਸਭ ਕੁਝ ਇੰਟਰਨੈਟ ਤੇ ਚੱਲਦਾ ਤਾਂ ਹੁਣ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਮਾਰੇ ਆ ਚੰਗੇ ਜਾਂ ਕੀ ਹੈ ਤਾਂ ਕੌਣ ਆ ਜਿਸ ਤਰ੍ਹਾਂ ਬੁੱਟਾ ਸਿੰਘ ਜੀ ਤੁਹਾਨੂੰ ਦੱਸਿਆ ਬੜੀਆਂ ਵਧੀਆ 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 ਤੁਹਾਂ ਗੱਲਾਂ ਦੱਸੀਆਂ ਇਹ ਇਹ ਹਰ ਇੱਕ ਫੈਮਿਲੀ ਦੇ ਵਿੱਚ ਨਹੀਂ ਹੈਪਨ ਹੁੰਦਾ ਵਾ ਸਾਨੂੰ ਇਹ ਤੋਂ ਵੀ ਕੇਅਰਫੁਲ ਰਹਿਣਾ ਚਾਹੀਦਾ ਅਖੀਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਆ ਪਹਿਲੀ ਚੀਜ਼ ਜਦੋਂ ਇਹ ਟਾਈਮ ਵਧੀਆਂ ਜਾਂਦਾ ਦੁਨੀਆ ਸਫਿਸਟੀਕੇਟਿਡ ਹੋਈ ਜਾਂਦੀ ਆ ਜਿਹੜੇ ਇਹ ਪੈਪਰ ਟ੍ਰੇਡ ਕਰਦੇ ਇਹ ਕੰਮ ਕਰਦੇ ਆ ਜਿੱਥੇ ਸਾਡੇ ਬੱਚਿਆਂ ਨੂੰ ਰੋਂਗ ਰਸਤੇ ਲਾਉਂਦੇ ਆ ਉਹ ਵੀ ਉਹ ਵੀ ਟੈਕਨੋਲੋਜੀ ਚ ਬਦੀ ਜਾਂਦੇ ਆ ਉਹਨਾਂ ਵੀ ਮੈਥਡ ਵੀ ਸਿਫਿਸਟੀਕੇਟਡ ਉਹ ਕਵਰ ਕਰ ਲੈਂਦੇ ਆ ਕਿ ਉਹਨਾਂ ਦੇ ਤਰੀਕੇ ਰਾਸਤੇ ਪਹਿਲੇ ਰੱਖੇ ਹੁੰਦੇ ਆ ਕਿ ਅਸੀਂ ਸ਼ਾਰਟ ਜਾਈਏ ਅਸੀਂ ਨਾ ਫਸੋ ਜਾਈਏ ਸਾਡੀ ਜੌਬ ਆ ਕਿ ਅਸੀਂ ਉਹ ਸਿਚੁਏਸ਼ਨ ਪਹਿਲਾਂ ਨਾ ਹੋਈ ਅਸੀਂ ਪ੍ਰੀਵੈਂਟ ਕਰੀਏ ਤਾਂ ਇਹ ਸੈਂਟਰ ਦੀ ਜ਼ਰੂਰਤ ਲੋੜ ਆ ਇਹਨਾਂ ਨੂੰ ਵੋਲੰਟੀਅਰਾਂ ਦੀ ਵੀ ਲੋੜ ਆ ਤਾਂ ਇਹਨਾਂ ਦੀ ਗਰੋਥ ਵੀ ਲੋੜ ਆ ਹਣ ਸਾਨੂੰ ਵੋਲੰਟੀਅਰ ਚਾਹੀਦੇ ਹੈਗੇ ਆ ਸਾਨੂੰ ਟ੍ਰੇਨ ਕਰਨੇ ਪਊਗੇ ਸਾਨੂੰ ਉਹਨਾਂ ਦਾ ਰਾਈਟ ਟੂ ਇੰਗੇਜ ਇਨ ਦਾ ਸਰਵਿਸ ਉਹਨਾਂ ਨੂੰ ਦੀ ਪੂਰੀ ਸੇਫਗਾਰਡਿੰਗ ਦੀ ਕੰਨੀ ਪਾਉਗੀ ਕਿ ਜਿਹੜੇ ਬੰਦੇ ਇੰਡੀਵਿਜੂਅਲੀ ਇੰਗੇਜ ਹੋ ਆ ਉਹ ਅਪਰੋਪ੍ਰੀਏਟ ਹੋ ਆ ਉਹਦਾ ਮਤਲਬ ਉਹਨਾਂ ਦੀ ਬੈਕਗ੍ਰਾਉਂਡ ਚੈਕਸ ਆਫਕੋਰਸ ਪਰ ਜਰੂਰ ਤੁਸੀਂ ਵੋਲੰਟੀਅਰ ਕਰੋ ਸਪੋਰਟ ਕਰੋ ਅਸੀਂ ਸਾਨੂੰ ਸਾਰਿਆਂ ਦੀ ਜੁੜ ਕੇ ਸਾਡੇ ਇਕੱਲਾ ਇੱਕ ਬੰਦੇ ਦਾ ਜਾਂ ਇੱਕ ਔਰਦੀ ਦਾ ਇੱਕ ਕਮਿਊਨਿਟੀ ਦਾ ਪ੍ਰੋਬਲਮ ਇਹ ਸਾਡੇ ਸਾਰਿਆਂ ਦਾ ਟੀਮ ਵਰਕ ਟੀਮ ਵਰਕ ਆ ਇਹ ਸਾਡਾ ਹੈਗਾ ਸਮਾਜਿਕ ਮਸਲਾ ਇਹ ਸਾਡਾ ਇਕੱਲਾ ਇੱਕ ਇੰਡੀਵਿਜੂਅਲ ਮਸਲਾ ਨਹੀਂ ਤੋਂ ਪਿਆਰਦੇ ਸਕੂ ਬੂਟਾ ਸਿੰਘ ਜੀ ਹੁਣ ਆਪਸੋ ਸਮਾਰਟ ਸੈਂਟਰ ਬਾਰੇ ਤੁਹਾਂ ਬਹੁਤ ਸਾਰਾ ਸੁਣਿਆ ਤੇ ਅਸੀਂ ਬੂਟਾ ਸਿੰਘ ਜੀ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਇਸ ਯੁੱਗ ਦੇ ਵਿੱਚ ਮੀਡੀਆ ਦੀ ਬੜੀ ਜ਼ਰੂਰਤ ਹੈ ਆਪਣੇ ਕੋਲ ਮੀਡੀਆ ਇੱਕ ਵਾਸ ਸਿੱਖ ਚੈਨਲ ਤੇ ਇਸ ਕਾਰਨ ਕਰਕੇ ਤੁਹਾਡੇ ਸਮਾਰਟ ਸੈਂਟਰ ਚ ਆਏ ਆ ਤੇ ਤੁਹਾਨੂੰ ਇਹ ਸਿੱਖ ਚੈਨਲ ਥਰੂ ਸਾਰੇ ਵਰਲਡ ਦੇ ਵਿੱਚ ਵੇਖਿਆ ਗਿਆ ਵਾਕੀ ਇਹ ਸਮਾਰਟ ਸੈਂਟਰ ਦੇ ਨਾਲ ਬੂਟਾ ਸਿੰਘ ਦੀ ਇੰਟਰਵਿਊ ਰਹੀ ਆ ਤੇ ਜਦੋਂ ਵੀ ਸਾਨੂੰ ਆਵਾਜ਼ ਮਾਰੋਗੇ ਅਸੀਂ ਸਿੱਖ ਚੈਨਲ ਤੁਹਾਡੀ ਇਹ ਜਿਹੜਾ ਅਵੇਰਨੈਸ ਹੈ ਇਹਨੂੰ ਆਪਾਂ ਹੋਰ ਵਧਾਉਣਾ ਵਾਗੇ ਕਿਦਾਂ ਆਪਣੀਆਂ ਡੀਆਂ ਬੱਚੀਆਂ ਵਾਂ ਬੱਚੇ ਆ ਇਹਨਾਂ ਨੂੰ ਗੁਰੂਮਤੋਂ ਹੋਰ ਪੁੱਠੇ ਕਮਾਤੋਂ ਰੋਕਿਆ ਜਾਵੇ ਇਹਦੇ ਜੇ ਮਾਪਿਆਂ ਨੂੰ ਮੈਂ ਬੇਨਤੀ ਕਰਦਾ ਤੁਹਾਡੇ ਵੀ ਸਾਥ ਦੀ ਲੋੜਿਆ ਔਰ ਇਹ ਤੁਹਾਡੀ ਜਿਹੜੀ ਰਿਪੋਰਟ ਆ ਕੋਈ ਵੀ ਅਪੀਰੈਂਟ ਸੀ ਉਹਨੂੰ ਗੁਪਤ ਰੱਖਿਆ ਜਾਊਗਾ ਔਰ ਬੱਚੇ ਜਿਹੜੇ ਜੇ ਬੱਚੇ ਵੀ ਨੌਜਵਾਨੋਂ ਦਾ ਤੁਹਾਡੇ ਨਾਲ ਵੀ ਜਿਹੜਾ ਪੁਲਿਸ ਦੇ ਕੋਲ ਪੂਰੀ ਸਪੋਰਟ ਦਿਆ ਕਰਨਗੇ ਤੇ ਆਹ ਵੱਧ ਚੜ ਕੇ ਇਸ ਆਪਾਂ ਜਿਹੜਾ ਸਮ ਸੈਂਟਰ ਆ ਸਮਵਤ ਗੁਰੂ ਨਾਨਕ ਗੁਰਦੁਆਰਾ ਦੇ ਅੱਗੇ ਹਾਈ ਸਟੇਸ਼ਨ ਦੇ ਜਿਹੜਾ ਆ ਰੇਲਵੇ ਸਟੇਸ਼ਨ ਦੇ ਅਪੋਜੀਟ ਇੱਥੇ ਆਪਣੇ ਦੁੱਖ ਸੋਕਾ ਆਪਾਂ ਜਿਹੜੇ ਪੂਰ ਸਕਦੇ ਆ ਆਪਣਾ ਟਾਈਮ ਵੀ ਪਾਸ ਕਰਦੇ ਸਕਦੇ ਆ ਸਾਡੇ ਕੋਲ ਪ੍ਰੋਗਰਾਮ ਕਰਦੇ ਆ ਕੋਈ ਹੋਈ ਪੁਰ ਚੱਕ ਦੇ ਉਹਦੀ ਅਸੀਂ ਮਾਫੀ ਮੰਗਦੇ ਆ ਤੇ ਬੁੱਟਾ ਸਿੰਘ ਦੀ ਤਰਫੋਂ ਫੇਰ ਧੰਵਾਦ ਆ ਤੁਹਾਡੇ ਸਮਾਰਟ ਸੈਂਟਰ ਦਾ ਬਹੁਤ ਬਹੁਤ ਧੰਵਾਦ ਆ ਤੁਸੀਂ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਜਾਰੀ ਰੱਖੋ ਇਸ ਸਮਾਰਟ ਸੈਂਟਰ ਦੀ ਕਮਿਊਨਿਟੀ ਨੂੰ ਬਹੁਤ ਜ਼ਿਆਦੀ ਲੋੜ ਆ ਪੁਈਆਂ ਪੁਲਾਂ ਚੱਕਾਂ ਦੀ ਮਾਫੀ ਜੀ ਵਾਹਿਗੁਰੂ ਖਾਲਸਾ ਵਾਰੀ ਜੀ ਦੀ ਕਿਰਤ ਹੈ